ਅਸਲਾਮੁਅਲੈਕਮ ਹਾਂਜੀ ਕੀ ਹਾਲੇ ਤੁਹਾਡਾ ਸਾਰਿਆਂ ਦਾ ਤੇ ਅਸੀਂ ਤੇ ਠੀਕ ਹੀ ਆਏ ਬਹੁਤ ਵੱਡੀ ਪਰੇਸ਼ਾਨੀ ਬਣ ਗਈ ਸੀ ਸਾਡੇ ਚਾਚੂ ਜਾਨ ਜਿਹੜੇ ਦੁਨੀਆ ਤੋਂ ਰੁਖਸਤ ਹੋ ਗਏ ਨੇ ਇਸ ਵਜ੍ਹਾ ਤੋਂ ਕੋਈ ਵਲਾਗ ਨਹੀਂ ਸੀ ਆ ਰਿਹਾ ਹਾਂਜੀ ਤੇ ਤੁਸੀਂ ਸਭ ਨੇ ਬਹੁਤ-ਬਹੁਤ ਦੁਆ ਕਰਨੀ ਹੈ ਕਿ ਅੱਲਾਹ ਪਾਕ ਸਾਡੇ ਚਾਚੂ ਜੀ ਨੂੰ ਜਨਤਲ ਫਰਦੋਸ ਜਗ੍ਹਾ ਦੇਵੇ ਤੇ ਹੋਰ ਜਿਹੜੇ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਜਿੰਨਾ ਸਭ ਦੇ والدین ਮਾਪਿਓ ਨਾਨੇ ਦਾਦੇ ਸਾਰੇ ਜਿਹੜੇ ਜਿਹੜੇ ਦੁਨੀਆ ਤੋਂ ਰੁਖਸਤ ਹੋ ਕੇ ਨੇ ਅੱਲਾਹ ਪਾਕ ਸਭ ਦੀ ਮਾਫਰਤ ਫਰਮਾਏ ਆਮੀਨ ਸੂ ਮਾਮੀ ਤੇ ਸਾਡੇ ਚਾਚੂ ਜਾਨ ਨੇ ਅੱਲਾਹ ਪਾਕ ਇਹਨਾਂ ਦੇ ਬੱਚਿਆਂ ਨੂੰ ਵੀ ਜਿਹੜਾ ਨਾ ਸਬਰ ਦੇਵੇ ਅੱਲਾਹ ਸਾਡੇ

ਉਹ ਵੀ ਅੱਲਾਹ ਪਾਕ ਕੋਲੇ ਚਲੇ ਗਏ ਨੇ ਉਹਨਾਂ ਦੇ ਵੱਡੇ ਭਾਈ ਸਨ ਇਹ ਉਹਨਾਂ ਦੇ ਛੋਟੇ ਭਾਈ ਨੇ ਹਾਂਜੀ ਤੇ ਉਹਨਾਂ ਦਾ ਪੁੱਤ ਹੈ ਲੱਗਿਆ ਅਗਰ ਬਤੀਆਂ ਲਗਾਉਣ ਜ਼ਾਹਿਰ ਫੇਰ ਤਕਲੀਫ ਤੇ ਬਹੁਤ ਹੁੰਦੀ ਹੈ ਅੱਲਾਹ ਪਾਕ ਸਬਰ ਦੇ ਅੱਲਾਹ ਇਹਨਾਂ ਦੇ ਭਾਈਆਂ ਨੂੰ ਵੀ ਭੈਣਾਂ ਨੂੰ ਵੀ ਸਬਰ ਦੇਵੇ ਇਹਨਾਂ ਦੇ ਬੱਚਿਆਂ ਨੂੰ ਹਾਸੋ ਹਾਸ ਸਬਰ ਦੇਵੇ ਸਬਰ ਤੇ ਨਹੀਂ ਆਂਦਾ ਬਸ ਫਿਰ ਅੱਲਾਹ ਪਾਕ ਸਬਰ ਦੇ ਆਮੀਨ ਤੇ ਸਭ ਵਾਸਤੇ ਦੁਆ ਕਰਿਆ ਕਰੋ ਜਿਹੜੇ ਜਿਹੜੇ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਅੱਲਾਹ ਪਾਕ ਸਭ ਦੀ ਮਾਫਰਤ ਕਰੇ ਤੇ ਅੱਲਾਹ ਪਾਕ ਖੈਰ ਕਰੇ ਅੱਲਾਹ ਪਾਕ ਸਭ ਨੂੰ ਸਬਰ ਦੇਵੇ ਹਾਸੋ ਹਾਸ ਤੁਸੀਂ ਹਸੂਸੀ ਦਵਾ ਕਰਨੀ ਹੈ ਮੇਰੇ ਚਾਚੂ ਜਾਨ ਵਾਸਤੇ ਠੀਕ ਹੈ ਤੇ ਹੋਰ ਬਸ ਜੇ ਚਲੇ ਜਾਂਦੇ ਨੇ ਫਿਰ ਵਾਪਸ ਨਹੀਂ ਆਉਂਦੇ ਬਸ ਸਹੀ ਜਾਣਾ ਹੁੰਦਾ ਹਾਂਜੀ ਤੇ ਵਡਿਆ ਨਾਲ ਨਾ ਬਹੁਤ ਰੌਣਕ ਹੁੰਦੀ ਹੈ ਮਾਪਿਓ ਨਾਲ ਨਾਨੀ ਅਮੀ ਨਾਲ ਦਾਦੀ ਅਮੀ ਨਾਲ ਦਾਦਾ ਬੂ ਨਾਲ ਦਾਦੀ ਅਮੀ ਨਾਲ ਸਭ ਨਾਲ ਬਹੁਤ ਰੌਣਕ ਹੁੰਦੀ ਘਰ ਵਿੱਚ ਤੇ ਬਸ ਫਿਰ ਵਾਦਾ ਜੀ ਕੀਤਾ ਹੈ ਚੱਲੇ ਜਾਣਾ ਹੁੰਦਾ ਹੈ ਇੱਥੇ ਹਾਂਜੀ ਸਭ ਨੇ ਇੱਕ ਨ ਇੱਕ ਦਿਨ ਜਾਣਾ ਹੈ ਬਸ ਲੇਕਿਨ ਸਾਰਿਆਂ ਨੇ ਜਾਣਾ ਹੈ ਸਭ ਨੇ ਜਾਣਾ ਹੈ ਵਾਦਾ ਕੀਤਾ ਹੈ ਤੇ ਅੱਲਾਹ ਪਾਕ ਖੈਰ ਕਰੇ ਅੱਲਾਹ ਪਾਕ ਜ਼ਖਮ ਦਿੰਦੇ ਨੇ ਅੱਲਾਹ ਪਾਕ ਮਲਮ ਵੀ ਉਲਾਂਦੇ ਨੇ ਠੀਕ ਹੈ ਤੇ ਅੱਲਾਹ ਪਾਕ ਖੈਰ ਕਰੇ ਸਭ ਦੀ ਐਸੇ ਨਾਲ ਇਜਾਜ਼ਤ ਚਾਹ ਮੰਦੇ ਜੀ ਆਪਸੇ ਹਮ ਗੁਜ਼ਾਰਿਸ਼ ਕਰਤੇ ਆਪਨੇ ਖਸੂਸੀ ਦੁਆ ਕਰਨੀ ਹੈ ਹਾਂ ਆਪਸੇ ਮਿਲਤੇ ਆਂ ਫਿਰ ਅਗਲੀ ਵੀਡੀਓ ਮੇ ਓਕੇ ਜੀ ਅਨਸੇ ਆਪਣਾ ਖਿਆਲ ਰੱਖੋ ਜੀ ਓਕੇ ਜੀ ਅੱਲਾਹ ਹਾਫਿਜ਼